ਧਰਨੇ ਬਾਰੇ ਇਹੀ ਹੈ ਜੀ ਕਿ ਐਸਾ ਕਿਸਾਨ ਸਾਰੇ ਦੁਖੀ ਹੈ ਇਸ ਬਿੱਲ ਤੋਂ। ਇਹ ਬਿੱਲ ਸਰਕਾਰ ਨੂੰ ਵਾਪਸ ਲੈਣਾ ਚਾਹੀਦਾ ਹੈ। ਤੇ ਉਸ ਤੋਂ ਬਾਅਦ ਜੋ ਇਹ ਵੱਡੇ ਘਰਾਣੇ ਆ ਇਹ ਮੋਦੀ ਸਰਕਾਰ ਦੇ ਨਾਲ ਸਭ ਮਿਲੇ ਹੋਏ ਆ। ਇਹ ਕਣਕ ਇਹਨਾਂ ਨੇ ਪਹਿਲੇ ਸਾਲ ਇੱਥੇ ਚੱਕੀ, ਇਹਨਾਂ ਨੇ ਪਹਿਲੇ ਸਾਲ ਚੰਗੀ ਦਾ ਚੱਕ ਨੂੰ ਲਾਲਚੂ ਦਿੱਤਾ ਇਹਨਾਂ ਨੇ। ਦੂਜੇ ਸਾਲ ਇਹ ਗਰੁੱਪ ਨੇ ਸਾਡੀ ਕਣਕ ਸਸਤਾਰੀ ਘਰੇ ਮੋੜ ਕੇ ਟਰਾਲੀਆਂ ਫੇਰ ਚੱਕੀ ਲਾ ਕੇ ਕਿਸਾਨ ਨੂੰ ਰਵਾ ਰਵਾ ਕੇ। ਅਸੀਂ ਕਹਿੰਦੇ ਹਾਂ ਅੱਗੇ ਗਰੁੱਪਾਂ ਦੇ ਵਰਖਲਾਫ ਖੜੋ। ਹਰੇਕ ਮਹਿਕਮੇ ਨੂੰ ਕਹਿੰਦੇ ਹਾਂ, ਗਾਉਣ ਵਾਲੇ ਤੋਂ ਲੈ ਕੇ ਕੀ ਢਾਡੀ ਕੀ ਕਮਿਸ਼ਨ ਹਰੇਕ ਪ੍ਰਚਾਰ ਕਰਨੇ ਦੇ ਖਿਲਾਫ ਇਹ ਮੋਦੀ ਸਰਕਾਰ ਦੇ। ਖਾਸ ਕਰਕੇ ਜੇ ਬਈ ਇਹਨਾਂ ਨਾ ਰੋਕਿਆ ਇਹ ਅੱਜ ਇਹ ਕਾਨੂੰਨ ਇਹਨਾਂ ਇਹ ਬਣਾਇਆ, ਕੱਲ੍ਹ ਨੂੰ ਹੋਰ ਨਵਾਂ ਕੋਈ ਆ ਜਾ ਕਾਨੂੰਨ ਲਾਉਣਗੇ, ਬਿਲਕੁਲ ਮਾਰ ਦੇਣਗੇ ਕਿਸਾਨ ਨੂੰ। ਕਿਸਾਨ ਦੇ ਹੱਕ 'ਚ ਖੜੋ। ਸਾਰੇ ਅਦਾਰਿਆਂ ਨੂੰ ਕਹਿੰਦਾ ਖੇਤੀਬਾੜੀ ਸੰਦ ਵਾਲੇ ਕੀ, ਗਾਉਣ ਵਾਲੇ ਕੀ, ਹਰੇਕ ਮਜ਼ਦੂਰ ਹਰੇਕ ਜਥੇਬੰਦੀ ਇਕੱਠੇ ਹੋ ਕੇ ਇਹਨਾਂ ਦੇ ਪਿੱਛੇ ਪਾਉਣ ਤਾਂ ਕਿ ਇਹਨਾਂ ਨੂੰ ਮਜ਼ਬੂਰ ਕਰ ਦਈਏ। ਇਹ ਬਿੱਲ ਵਾਪਸ ਲੈਣਾ ਆਪਣਾ ਇਹ। ਅੱਜ ਅਸੀਂ ਇੱਥੇ ਇਕੱਠੇ ਹੋਏ ਹਾਂ। ਸਾਡੇ ਮੋਗੇ 'ਚ ਅਦਾਨੀ ਦਾ ਗਡਾਊਨ ਆ ਬਹੁਤ ਵੱਡਾ। ਆ ਮੇਰੇ ਕਿਸਾਨ ਵੀਰ ਦਾ ਪਿੱਛੇ ਬੋਰਡ ਲੱਗਾ, ਤੁਸੀਂ ਦੇਖ ਰਹੇ ਹੋਵੋਗੇ। ਸਾਰੇ ਸਾਥੀ ਇੱਥੇ ਇਕੱਠੇ ਹੋਏ ਆ। ਅਸੀਂ ਸਿਰਫ ਸਰਕਾਰ ਦੇ ਕੰਨ ਖੁੱਲ੍ਹਣ ਵਾਸਤੇ, ਮੋਦੀ ਜੀ ਨੂੰ ਇੱਕ ਬੇਨਤੀ ਕਰਨ ਵਾਸਤੇ ਇੱਥੇ ਇਕੱਠੇ ਹੋਏ ਆ ਵੀ ਮੋਦੀ ਜੀ ਵੀ ਸਾਨੂੰ ਇਹਨਾਂ ਪੂੰਜੀਪਤੀਆਂ ਦਾ ਗੁਲਾਮ ਨਾ ਬਣਾਓ। ਇਹ ਕਾਲਾ ਕਾਨੂੰਨ ਲਿਆ ਕੇ ਤੁਸੀਂ ਸਾਡੇ ਪੇਟ ਤੇ ਲੱਤ ਮਾਰ ਦਿਓ। ਜੇ ਕਿਸਾਨ ਦੇ ਪੇਟ ਤੇ ਲੱਤ ਵੱਜਦੀ ਆ ਤਾਂ ਮਜ਼ਦੂਰ ਦੇ ਪੇਟ ਤੇ ਵੱਜਦੀ ਆ, ਦੁਕਾਨਦਾਰ ਦੇ ਪੇਟ ਤੇ ਵੱਜਦੀ ਆ। ਸਾਰਾ ਹਿੰਦੁਸਤਾਨ ਰੋਲਣ ਦੀ ਕੋਸ਼ਿਸ਼ ਨਾ ਕਰੋ। ਆ ਅਦਾਨੀ ਤੇ ਅੰਬਾਨੀ ਨੂੰ ਫਾਇਦਾ ਪਹੁੰਚਾਉਣ ਵਾਸਤੇ ਤੁਸੀਂ ਸਾਨੂੰ ਇਹਨਾਂ ਦੇ ਗੁਲਾਮ ਨਾ ਬਣਾਓ। ਸਾਡੀ ਇਹੀ ਬੇਨਤੀ ਵੀ ਕਾਲਾ ਕਾਨੂੰਨ ਖਤਮ ਹੋਣਾ ਚਾਹੀਦਾ। ਜਿੱਥੇ ਹੁਣ ਮੰਡੀਆਂ 'ਚ ਫਸਲਾਂ ਜਾਂਦੇ ਆ, ਜ਼ਿਮੀਂਦਾਰ ਆਪਦਾ 20-22 ਮੋਇਸਚਰ ਤੇ ਵੀ ਆਪਦਾ ਝੋਨਾ ਚੁਕਾ ਦਿੰਦੇ ਸੀ ਤੇ ਉੱਤੇ ਹੁਣ ਇਹ ਆਪਦੀ ਮਰਜ਼ੀ ਨਾਲ ਝੋਨਾ ਚੱਕਣਗੇ, ਕੀ ਰੇਟ ਦਿੰਦੇ ਆ ਤੇ MSP ਦਾ ਕੋਈ ਮਤਲਬ ਨਹੀਂ ਰਹਿ ਜਾਂਦਾ। ਇਹ ਸਾਨੂੰ ਕਿੰਨਾ ਰੇਟ ਦੇਣਗੇ? ਜਿਵੇਂ ਮੱਕੀ ਦਾ ਰੇਟ ਅੱਗੇ 1695 ਰੁਪਈਏ ਆ ਤੇ 750 850 ਨੂੰ ਵਿਕਦੀ ਆ, ਉਹ ਵੀ ਆਪਦੀ ਮਰਜ਼ੀ ਨਾਲ ਵਪਾਰੀ ਚੱਕਦਾ ਵਾ। ਸਾਡੀ ਇਹੀ ਬੇਨਤੀ ਆ ਵੀ ਸਾਨੂੰ ਇਹ ਪੂੰਜੀਵਾਦੀਆਂ ਦਾ ਗੁਲਾਮ ਨਾ ਬਣਾਓ। ਇਹ